ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਗਾੜੀ ਤੋਂ ਜਿੱਥੇ ਕਿ ਗੁਰੂ ਮਹਾਰਾਜ ਸਰੂਪਾਂ ਦੀ ਵਿਆਪਤੀ ਹੋਈ ਸੀ, ਉਸ ਜਗ੍ਹਾ ਦੇ ਉੱਤੇ ਭਾਈ ਧਿਆਨ ਸਿੰਘ ਮੰਡ ਵੱਲੋਂ ਮੋਰਚਾ ਲਾਇਆ ਹੈਗਾ। ਅਤੇ ਜੇ ਉਹ ਤੋਂ ਬਾਅਦ ਦੀ ਗੱਲ ਕਰਦੇ ਤਾਂ ਬਹਿਬਲ ਕਾਂਡ, ਗੋਲੀਕਾਂਡ ਹੋਇਆ ਸੀ, ਉਹ ਸਜ਼ਾਵਾਂ ਦਿਵਾਉਣ ਵਾਸਤੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਪ੍ਰਸ਼ਾਸਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਪਰ ਅਜੇ ਤੱਕ ਸਜ਼ਾਵਾਂ ਕਿਸੇ ਨੂੰ ਨਹੀਂ ਮਿਲੀਆਂ, ਉਹਨਾਂ ਦੀ ਦੋਸ਼ੀਆਂ ਨੂੰ ਫੜਨ ਵਾਸਤੇ ਅਤੇ ਬਹਿਬਲ ਕਾਂਡ, ਗੋਲੀਕਾਂਡ ਅਤੇ ਬਰਗਾੜੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਜਿਹੜਾ ਕਿ ਮੋਰਚਾ ਚੱਲ ਰਿਹਾ। ਅਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਸੀ, ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਉਸ ਧਰਤੀ 'ਤੇ ਖਿਲਾਰੇ ਗਏ ਸੀ। ਉਸ ਜਗ੍ਹਾ ਦੇ ਉੱਤੋਂ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਾਹਿਬਾਨ ਸਰਦਾਰ ਗੋਰਾ ਸਿੰਘ ਜੀ ਸਾਡੇ ਨਾਲ ਜੁੜੇ ਹੈਗੇ ਆ, ਕਿਉਂਕਿ ਜੇ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੀ ਗੱਲ ਕਰਦੇ ਹਾਂ ਤਾਂ ਉਸ ਪਿੰਡ ਤੋਂ ਗੁਰੂ ਮਾਤਾ ਸਰੂਪ ਚੱਕਿਆ ਜਾਂਦਾ ਹੈਗਾ ਅਤੇ ਬਰਗਾੜੀ ਦੀ ਇਸ ਧਰਤੀ ਦੇ ਉੱਤੇ ਜਿੱਥੇ ਕਿ ਇਸ ਟਾਈਮ ਉੱਤੇ ਖੜੇ ਹੈਗੇ ਆ, ਇਸ ਪਿੰਡ ਦੇ ਵਿੱਚ ਉਹ ਅੰਗ ਖਿਲਾਰ ਦਿੱਤੇ ਜਾਂਦੇ ਹੈਗੇ ਆ। ਗ੍ਰੰਥੀ ਸਾਹਿਬਾਨ ਸਾਡੇ ਨਾਲ ਜੁੜੇ ਹੈਗੇ ਆ, ਥੋੜ੍ਹਾ ਜਿਹਾ ਪਿੱਛੇ ਜਾ ਕੇ ਉਹਨਾਂ ਕੋਲ ਪਤਾ ਕਰਦੇ ਹੈਗੇ ਹਾਂ। ਪਹਿਲਾਂ ਫਤਿਹ ਦੇ ਸਾਂਝ ਪਾਉਂਦੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਰਾ ਸਿੰਘ ਜੀ, ਤੁਸੀਂ ਸੇਵਾ ਇਸ ਟਾਈਮ ਵੀ ਉਸੇ ਗੁਰਦੁਆਰਾ ਸਾਹਿਬ ਨਿਭਾ ਰਹੇ ਹਾਂ? ਉੱਥੇ ਕਰ ਰਹੇ ਹਾਂ ਜੀ। ਉਸ ਟਾਈਮ ਵੀ ਤੁਹਾਡੀ ਡਿਊਟੀ ਸੀ ਉੱਥੇ ਜਦੋਂ ਜਵਾਹਰ ਸਿੰਘ ਵਾਲਾ ਦਾ ਚੋਰੀ ਹੋਇਆ? ਹਾਂਜੀ। ਲਗਭਗ ਕਿੰਨਾ ਕੁ ਸਮਾਂ ਟਾਈਮ ਕੀ ਸੀ? ਤਕਰੀਬਨ ਜੀ ਅੰਦਾਜ਼ਾ, ਜਿਵੇਂ ਵੀ ਉੱਥੇ ਜਿਹੜੀਆਂ ਔਰਤਾਂ ਜਾ ਰਹੀਆਂ ਸੀਗੀਆਂ ਨਰੇਗਾ ਵਾਲੀਆਂ, ਉਹਨਾਂ ਨੇ ਦੋ ਜਣੇ ਦਾ ਮੁੰਡੇ ਵੇਖੇ ਸੀਗੇ ਵੀ ਇੱਥੋਂ ਦੋ ਮੁੰਡੇ ਅਸੀਂ ਲੰਘਦੇ ਵੇਖੇ ਵੀ ਕੋਈ ਆਵਾਜ਼ ਦੇਣ ਵਾਲਾ ਜਾਂ ਇਸ ਤਰ੍ਹਾਂ ਉਹਨਾਂ ਨੂੰ ਸੀਗਾ ਵੀ ਜਾਂਦਾ। ਇੱਕ ਦਾ ਟਾਈਮ ਉਹਨਾਂ ਨੇ ਜਣੀ ਦਾ ਦਿਨ ਦਾ ਜਿਹੜਾ ਦੱਸਿਆ ਸੀਗਾ ਉਹਦੇ ਮੁਤਾਬਕ, ਸਾਨੂੰ ਤਾਂ ਆਪ ਨਹੀਂ ਸਹੀ ਟਾਈਮ ਦਾ ਪਤਾ। ਤੁਸੀਂ ਕਿੱਥੇ ਸੀ ਉਸ ਟਾਈਮ? ਉਸ ਟਾਈਮ ਮੈਂ ਜੀ ਆਪਦੇ ਨਿੱਜੀ ਕੰਮ ਗਿਆ ਸੀ ਬੈਂਕ। ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਹੀਂ ਸੀ ਹੈਗਾ? ਨਹੀਂ, ਗੁਰਦੁਆਰਾ ਦੇ ਵਿੱਚ ਸੀਗੇ ਆਪਣੇ ਮੇਰੇ ਘਰਵਾਲੀ ਸੀਗੀ, ਉਹ ਅੰਦਰ ਸੀਗੇ, ਜਿਸ ਕਰਕੇ ਪਤਾ ਨਹੀਂ ਲੱਗਿਆ। ਅਤੇ ਇਹ ਜਿਹੜੇ ਨੌਜਵਾਨ ਜਿਹੜਾ ਤੁਸੀਂ ਗੱਲ ਕੀਤੀ, ਉਹ ਫਿਰ ਕਿੱਧਰ ਦੀ ਆਏ ਹੋਣਗੇ? ਅਕਸਰ ਤਾਂ ਗੁਰਦੁਆਰਾ ਸਾਹਿਬ 'ਤੇ ਐਂਟਰੀ ਹੋਣਾ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਜਾਂ ਜੋ ਵੀ ਉੱਥੇ ਸੇਵਾ ਲੱਗਦੀ ਹੈਗੀ ਆ ਉਹਨਾਂ ਨੂੰ ਪਤਾ ਲੱਗਦਾ ਹੀ ਆ। ਉਹ ਜਿਹੜੇ ਗੁਰਦੁਆਰਾ ਸਾਹਿਬ ਦੇ ਹਾਲਾਤ ਸੀ, ਉਸ ਵਿੱਚ ਚਾਰ ਸਫੇਰਾ ਖੁੱਲ੍ਹੇ ਹੀ ਸੀ ਜੀ, ਕੋਈ ਚਾਰ ਦੀਵਾਰੀ ਹੈ ਨਹੀਂ ਸੀਗੀ। ਉਹ ਤਾਂ ਉਹ ਘਟਨਾ ਤੋਂ ਬਾਅਦ ਜਾਣੀ ਤਾਂ ਚਾਰ ਦੀਵਾਰੀ ਹੋਈ ਹੈ। ਹਾਂਜੀ। ਅਤੇ ਉਸ ਟਾਈਮ 'ਤੇ ਦਰਵਾਜ਼ੇ ਖੁੱਲ੍ਹੇ ਸੀ ਉਹ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ? ਹਾਂਜੀ, ਆਮ ਆਪਣੇ ਸਿਧਾਂਤ ਹੀ ਹੈ ਵੀ ਗੁਰੂ ਘਰ ਦਾ ਜਿਹੜਾ ਦਰਵਾਜ਼ੇ ਖੁੱਲ੍ਹੇ ਰਹਿੰਦੇ ਸੀ, ਕੋਈ ਵੀ ਜਿੰਦਾ ਨਹੀਂ ਲਾਉਂਦਾ ਸੀਗਾ ਪਹਿਲਾਂ, ਉਹ ਦਰਵਾਜ਼ੇ ਖੁੱਲ੍ਹੇ ਹੀ ਹੁੰਦੇ ਸੀ ਹੈ ਆਉਣ ਜਾਣ ਵਾਸਤੇ ਸੰਗਤ ਦੇ। ਅੱਛਾ, ਅਤੇ ਉਸ ਟਾਈਮ 'ਤੇ ਉਹ ਦਰਵਾਜ਼ਾ ਖੁੱਲ੍ਹਾ ਸੀ ਅਤੇ ਤੁਹਾਨੂੰ ਘਟਨਾ ਦਾ ਕਿੰਨੇ ਕੁ ਵਜੇ ਪਤਾ ਲੱਗਾ? ਸਾਨੂੰ ਤਕਰੀਬਨ ਜੀ 4 ਵਜੇ ਪਤਾ ਲੱਗਿਆ ਉਸ। ਹਾਂਜੀ, ਜਿਸ ਟਾਈਮ ਤੋਂ ਮੈਂ ਆਇਆ ਨਾ, ਮੈਨੂੰ ਤਕਰੀਬਨ ਇਸ ਵਕਤ ਉਸ ਸਮੇਂ 3 ਸਾਲ ਹੋ ਗਏ ਸੀਗੇ, ਹੁਣ 6 ਸਾਲ ਹੋਣ ਵਾਲੇ ਹੈ ਸੇਵਾ ਕਰਦਿਆਂ ਨੂੰ। ਮੈਂ ਜਿਸ ਟਾਈਮ ਤੋਂ ਆਇਆ ਉਸ ਟਾਈਮ ਤੋਂ ਜਿਹੜਾ ਜੂਨ ਦੇ ਸਮੇਂ 'ਚ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਸੀ ਉੱਥੇ, ਅਤੇ ਮੈਂ ਜਿਹਦਾ ਉਸ ਦਿਨ ਪਹਿਲੀ ਕਲਾਸ ਲੱਗਣੀ ਸੀਗੀ। ਕਿੰਨੇ ਵਜੇ ਦੀ ਕਲਾਸ ਸੀ? ਤਕਰੀਬਨ 4:30 ਦਾ ਸਮਾਂ ਰੱਖਿਆ ਸੀਗਾ ਅਤੇ ਬੱਚੇ ਜਿਹਦਾ 1/2 ਘੰਟਾ ਪਹਿਲਾਂ ਆਉਣ ਲੱਗ ਗਏ ਸੀਗੇ। ਮੈਂ ਗੁਰਦੁਆਰਾ ਤੋਂ ਨਹੀਂ ਜੀ ਮੈਂ ਤਾਂ ਪਾਠ ਕਰਨ ਗਿਆ ਹੋਇਆ ਸੀਗਾ ਕਿਸੇ ਦੇ ਘਰ, ਸਹਿਜ ਪਾਠ ਕਰਨ ਗਿਆ ਸੀ। ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਿੰਘ ਰਣਜੀਤ ਸਿੰਘ ਸੀ, ਉਹਨਾਂ ਨੇ ਆਉਣਾ ਸੀਗਾ ਕਲਾਸ ਲਵਾਉਣ ਵਾਸਤੇ। ਉਹ ਬੱਚੇ 1/2 ਘੰਟਾ ਪਹਿਲਾਂ ਆਏ ਜਾਂਦਾ, ਉਹ ਤਕਰੀਬਨ 4 ਵਜੇ ਆ ਗਏ, ਪਹਿਲਾਂ ਆ ਗਏ। ਉਦੋਂ ਜੇ ਉਹਨਾਂ ਨੇ ਆ ਕੇ ਵੇਖਿਆ ਉੱਥੇ ਵੀ ਜਿਹਦਾ ਮੰਜੀ ਸਾਹਿਬ ਦੇ ਹਾਲਾਤ ਉਹਨਾਂ ਨੂੰ ਠੀਕ ਨਹੀਂ ਲੱਗੇ, ਰੁਮਾਲੇ 'ਚ ਕੋ ਐਂ ਸੀਗਾ ਵੀ ਵਾਲਾ ਜਾਂ, ਉਹਨਾਂ ਨੇ ਵੇਖਿਆ ਜੇ ਰੁਮਾਲਾ ਵੇਖਿਆ ਤਾਂ ਬੱਚਿਆਂ ਨੇ ਆ ਕੇ ਮੇਰੇ ਘਰਵਾਲੀ ਨੂੰ ਘਰ ਦੱਸਿਆ ਵੀ ਉੱਥੇ ਬਾਬਾ ਹੈ ਨੀਗਾ। ਉਹਨਾਂ ਨੇ ਕਿਹਾ ਵੀ ਉਹ ਕਿਤੇ ਮੈਨੂੰ ਕਹਿੰਦੇ ਬਾਬਾ ਹੈ ਨੀਗਾ, ਉਹ ਕਹਿੰਦੇ ਬੱਚੇ ਕਹਿੰਦੇ ਨਹੀਂ। ਹਾਂਜੀ, ਉਹ ਕਹਿੰਦੇ ਵੀ ਨਹੀਂ, ਸਰੂਪ ਹੈ ਨੀਗਾ ਜਿਹੜਾ ਆਪਾਂ ਪੜ੍ਹਦੇ ਹੁੰਦੇ ਹਾਂ। ਫਿਰ ਉਹਨਾਂ ਨੇ ਆਪ ਵੇਖਿਆ ਜਾ ਕੇ, ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਵੇਖ ਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਨੂੰ ਦੱਸਿਆ। ਉਸ ਤੋਂ ਬਾਅਦ ਉਹ ਮੈਨੂੰ ਜਾਣੀ ਦਾ ਸਾਹਿਬ ਪਾਠ ਵਾਲੇ ਘਰੋਂ ਲੈਣ ਉੱਠ ਗਏ। ਉਹ ਸਾਨੂੰ ਜਾਣੀ ਦਾ ਤਕਰੀਬਨ 4:15-4 ਵਜੇ ਪਤਾ ਲੱਗਿਆ ਜੀ। ਅਤੇ ਜਦੋਂ ਤੁਹਾਨੂੰ ਪਤਾ ਲੱਗਾ, ਤੁਸੀਂ ਫਿਰ ਉੱਥੇ ਕੀ ਪੈਰਵਾਈ ਕੀਤੀ? ਜਾਂ ਪਿੰਡ ਦੇ ਮੋਤਬਾਰ ਸੱਜਣ ਜਾਂ ਸਰਪੰਚ ਸਾਹਿਬਾਨ ਸਾਰੇ ਉੱਥੇ ਹੋਣਗੇ, ਉਹਨਾਂ ਕਿਹੋ ਜਿਹੀ ਕਾਰਵਾਈ ਕੀਤੀ? ਉੱਥੇ ਜੀ ਅਸੀਂ ਫਿਰ ਦੂਜਾ ਆਪਣਾ ਸਾਰੇ ਆਸੇ ਪਾਸੇ ਵੇਖਿਆ ਕੋਈ ਬੰਦਾ ਸ਼ਰਾਰਤ ਨਾ ਕਰ ਗਿਆ ਹੋਵੇ, ਅਤੇ ਤਕਰੀਬਨ ਸਾਰੇ ਜਣੇ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਸਟੋਰ ਸੀਗਾ ਜਿੱਥੇ ਸਮਾਨ ਪਿਆ ਹੁੰਦਾ ਉਹ ਵੇਖਿਆ ਅਸੀਂ। ਤਕਰੀਬਨ ਨਹੀਂ, ਸਾਨੂੰ ਉੱਥੇ ਕੋਈ ਨਹੀਂ ਸਰੂਪ ਦੀ ਪ੍ਰਾਪਤੀ ਹੋਈ ਲੱਭਿਆ। ਉਸ ਤੋਂ ਬਾਅਦ ਜਿਹਦਾ ਪੰਚਾਇਤ ਨੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਸ਼ਾਮ ਨੂੰ ਜਿਹਦਾ ਪੁਲਿਸ ਨੂੰ ਸੂਚਨਾ ਕਰਤੀ ਹੈ, ਉਸ ਤੋਂ ਬਾਅਦ ਜਿਹਦਾ ਪੁਲਿਸ ਨੇ ਆ ਕੇ ਆਪਦੀ ਕਾਰਵਾਈ ਸ਼ੁਰੂ ਕਰਤੀ ਹੈ। ਤਰੀਕ ਕਿਹੜੀ ਸੀ ਉਸ ਟਾਈਮ? ਤਰੀਕ 1 ਜੂਨ ਸੀਗੀ। 1 ਜੂਨ 1 ਜੂਨ ਨੂੰ ਉੱਥੋਂ ਚੱਕ ਕੇ ਅਤੇ ਫਿਰ ਇਹ ਬਰਗਾੜੀ ਦੀ ਧਰਤੀ 'ਤੇ ਅੰਗ ਖਿਲਾਰੇ ਗਏ? ਹਾਂਜੀ, ਉਸੇ ਸਰੂਪ ਦਾ ਸੀ, ਕਿਉਂਕਿ ਜਦੋਂ ਮੈਨੂੰ ਵਿਖਾਇਆ ਗਿਆ ਅਤੇ ਮੈਨੂੰ 2 ਨਿਸ਼ਾਨੀਆਂ ਸੀਗੀਆਂ, ਇੱਕ ਤਾਂ ਉਹ ਜਿਹੜਾ ਸਰੂਪ ਸੀ ਉਹਦਾ ਕਾਗਜ਼ ਜਿਹੜਾ ਨਵਾਂ ਸੀਗਾ, ਇੱਕ ਉਹਦੀ ਜਿਹੜੀ ਵੇਲ ਸੀਗੀ ਉਹ ਸੇਮ ਸੀ ਜਿਹੜੀ ਵੇਲ ਸਰੂਪ ਦੀ ਸੀਗੀ। ਸਾਡੇ ਕੋਲ ਸਰੂਪ 7 ਸੀ, ਉਹ ਇਕੱਲੀ ਜਿਹੜੀ ਵੇਲ ਨਹੀਂ ਸੀ ਰਲਦੀ, ਦੂਸਰਿਆਂ ਦੀ ਵੇਲ ਜਿੰਨੀ ਦਾ ਰਲ ਜਾਂਦੀ ਜਿਹੜੀ ਪਾਸੇ ਹੁੰਦੀ ਆ ਉਹਦੀ ਵੇਲ ਨਹੀਂ ਰਲਦੀ, ਸੇਮ ਉਹ ਵੇਲ ਉਹੀ ਸੀਗੀ ਜਦੋਂ ਮੈਂ ਉਹ ਅੰਗ ਵੇਖਿਆ ਬਗਰਾੜੀ ਪਹਿਲੋਂ ਕਰਦੇ ਜਦੋਂ ਪਾਠ ਕਰਦੇ ਸੀ ਉਹਦੇ ਨਾਲ ਮੈਚ ਕਰਦਾ? ਹਾਂਜੀ। ਅਤੇ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਗੱਲਬਾਤ ਕੀਤੀ ਤਾਂ ਪ੍ਰਸ਼ਾਸਨ ਕੋਲ ਹਰਕਤ ਦੇ ਵਿੱਚ ਆਇਆ ਕਿ ਨਹੀਂ?
ਪ੍ਰਸ਼ਾਸਨ ਨੇ ਸਾਡੇ ਸਾਹਮਣੇ ਤਾਂ ਜਿੰਦਾ ਪੂਰੀ ਆਪਦੀ ਕਹਿੰਦੇ ਸੀ ਜੀ ਅਸੀਂ ਪੂਰੀ ਕਾਰਵਾਈ ਕਰਦੇ ਹਾਂ, ਅਸੀਂ ਪੂਰੀ ਜਾਂਚ ਕਰ ਰਹੇ ਹਾਂ, ਪਰ ਨਹੀਂ ਕੁਛ ਪੱਲੇ ਨਹੀਂ ਪਿਆ। ਉਲਟਾ ਜਿੰਦਾ ਸਾਨੂੰ ਹੀ ਬਹੁਤ ਟੌਰਚ ਕੀਤਾ ਗਿਆ ਉਹਦੇ ਵਿੱਚ। ਤੁਹਾਨੂੰ ਕਿਸ ਤਰ੍ਹਾਂ ਟੌਰਚਰ ਕਾਹਦੇ ਵਾਸਤੇ ਕੀਤਾ? ਸਾਨੂੰ ਸੀ ਇਹ ਸਟਾਫ ਜਾ ਕੇ ਜਿੰਦਾ ਬਹੁਤ ਜਿੰਦਾ ਆਪਣਾ ਕੁੱਟਮਾਰ ਹੋਈ ਹੈ, ਮੇਰੀ ਸਿੰਘਣੀ 'ਤੇ ਵੀ ਕੁੱਟਮਾਰੀ ਆ, ਉਹਦਾ ਹੁਣ ਆਪਰੇਸ਼ਨ ਕਰਾਇਆ। ਕੀ ਤੁਹਾਨੂੰ ਕੀ ਪੁੱਛਿਆ ਜਾਂਦਾ ਸੀ? ਸਾਨੂੰ ਕਹਿੰਦੇ ਵੀ ਤੁਹਾਨੂੰ ਪਤਾ, ਤੁਸੀਂ ਦੱਸੋ ਇਹਦੇ ਵਿੱਚ ਤੁਹਾਡਾ ਹੱਥ ਹੈ। ਤੁਹਾਨੂੰ ਪਤਾ, ਤੁਸੀਂ ਜਾਂ ਕਿਸੇ ਦਾ ਨਾਂ ਲਓ, ਬਸ ਇੱਦਾਂ ਦਾ ਕਹਿੰਦੇ ਸੀ। ਤੁਹਾਨੂੰ ਪਤਾ ਸਾਰੀ ਗੱਲ ਦਾ, ਬਸ ਸਾਨੂੰ ਕੀ ਪਤਾ ਹੋਣਾ ਸੀ? ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਖਿਆ ਵੀ ਇੱਥੋਂ ਤੁਸੀਂ ਗੱਲ ਹੀ ਨਹੀਂ ਜਾਂਦੀ ਸੀ। ਨਾਂ ਲਾਉਣ ਵਾਸਤੇ ਕਿਹਦਾ ਕਿਹਾ ਜਾਂਦਾ ਸੀ ਕਿ ਨਾਂ ਲੈ ਤਾਂ ਤੁਹਾਨੂੰ ਬਚਾ ਦਿੱਤਾ ਜਾਊਗਾ ਫਿਰ? ਨਹੀਂ ਨਹੀਂ, ਕਹਿੰਦੇ ਸੀ ਵੀ ਤੁਸੀਂ ਕਿਸੇ ਦਾ ਨਾਂ ਲਓ, ਤੁਹਾਨੂੰ ਬਸ ਪਤਾ ਹੈ ਇਸ ਗੱਲ ਦਾ, ਇਹੀ ਦਬਾਅ ਪਾਇਆ ਜਾ ਸੀ ਪ੍ਰਸ਼ਾਸਨ ਨੇ ਆਪਣਾ। ਕਿੰਨਾ ਚਿਰ ਤੁਹਾਡੇ 'ਤੇ ਤਸ਼ੱਦਦ ਕਿੰਨਾ ਚਿਰ ਹੋਇਆ? ਤਕਰੀਬਨ ਜੀ ਹੁਣ ਤੀਕ ਹੀ ਰਿਹਾ, ਜਿੰਨਾ ਚੱਕ ਹੁਣ ਸਾਡਾ ਟੈਸਟ ਹੋਇਆ, CBI ਨੇ ਕਰਵਾਇਆ ਸੀਗਾ, ਅਤੇ ਜਿਹੜਾ ਸੱਚ ਝੂਠ ਵਾਲਾ ਹੁੰਦਾ ਲਾਈਕ ਟੈਬਟ ਜਿਹੜਾ, ਹਾਂਜੀ ਉਹ, ਬਸ ਉਹਦੇ ਤੋਂ ਬਾਅਦ ਥੋੜ੍ਹੀ ਜਿਹੀ ਹੁਣ ਜਾਣੀ ਦਾ ਸਾਨੂੰ ਉਹ ਟੈਸਟ ਤੁਹਾਡਾ ਵੀ ਹੋਇਆ ਕਿ ਤੁਹਾਡੀ ਵਾਈਫ ਦਾ? ਸਾਡੇ ਦੋਵਾਂ ਦਾ ਹੀ ਹੋਇਆ ਜੀ। ਅੱਛਾ, ਉਹਦੇ ਵਿੱਚ ਕੀ ਸਾਹਮਣੇ ਆਇਆ ਫਿਰ ਉਹਦੇ 'ਚ ਤੁਹਾਨੂੰ ਕੀ ਲੱਗਦਾ? ਸਾਨੂੰ ਤਾਂ ਵੈਸੇ ਉਹਨਾਂ ਨੇ ਕੁਛ ਨਹੀਂ ਦੱਸਿਆ ਜੀ ਅਜੇ, ਅਸੀਂ ਟੈਸਟ ਦੀ ਰਿਪੋਰਟ ਤੁਹਾਨੂੰ ਕੁਛ ਨਹੀਂ? ਨਹੀਂ ਜੀ। ਉਹ ਕਦੋਂ ਟੈਸਟ ਕੀਤਾ ਗਿਆ? ਉਹ ਤਕਰੀਬਨ ਮੇਰਾ 11ਵੇਂ ਮਹੀਨੇ ਨੂੰ ਹੋਇਆ ਜੀ। 11ਵੇਂ ਪਿਛਲੇ 17 ਦੇ ਵਿੱਚ ਇਸੇ ਸਰਕਾਰ ਵੱਲੋਂ ਕੀਤਾ ਗਿਆ ਨਾ? ਹਾਂਜੀ ਹਾਂਜੀ, ਇਸੇ ਸਰਕਾਰ ਵੱਲੋਂ। ਸਰਕਾਰ ਬਦਲ ਚੁੱਕੀ ਸੀ ਉਸ ਤੋਂ ਬਾਅਦ, ਅਤੇ ਤੁਹਾਨੂੰ ਕੀ ਲੱਗਦਾ ਸੀ ਕਿ ਉਹ ਜਿਹੜੇ ਚੱਕਣ ਵਾਲੇ ਹੋ ਕੌਣ ਹੋ ਸਕਦੇ? ਨਹੀਂ ਹੁਣ ਕੋਈ ਕਹਿ ਨਹੀਂ ਸਕਦੇ, ਜਿਵੇਂ ਹੁਣ ਗੱਲ ਸਾਹਮਣੇ ਆ ਰਹੀ ਆ ਵੀ ਇਹ ਸਾਰੀ, ਜਿਵੇਂ DIG ਦੇ ਬਿਆਨ ਆਇਆ ਵੀ ਇਹ ਸਾਰੀ ਵਿਉਂਤਬੰਦੀ ਡੇਰੇ ਵਾਲਿਆਂ ਦੀ ਸੀਗੀ, ਹੁਣ ਜਾਣੀ ਦਾ ਇਹ ਮਹਿਸੂਸ ਹੁੰਦਾ ਵੀ ਹੋ ਸਕਦਾ ਉਹਨਾਂ ਦੀ ਇਹ ਕਾਰਵਾਈ ਹੈ। ਤੁਹਾਡੀ ਸ਼ੱਕ ਦੀ ਸੂਈ, ਤੁਹਾਨੂੰ ਲੱਗਦਾ ਕਿ ਇਹ ਸਾਜ਼ਿਸ਼ ਉਧਰੋਂ ਹੀ ਹੋ ਸਕਦੀ? ਹਾਂਜੀ ਲੱਗਦਾ, ਜਿਵੇਂ ਹੁਣ ਖਬਰਾਂ ਆ ਰਹੀਆਂ ਮੀਡੀਆ ਦੇ ਵਿੱਚ, ਜਿਵੇਂ ਵੱਡੇ ਅਧਿਕਾਰੀਆਂ ਦੇ ਬਿਆਨ ਆਏ ਆ, DIG ਦਾ ਬਿਆਨ ਆਇਆ ਵੀ ਇਹ ਸਾਰੀ ਵਿਉਂਤਬੰਦੀ ਡੇਰੇ ਦੀ ਸੀਗੀ, ਇਹੋ ਹੀ ਸਾਰਾ ਤੁਹਾਨੂੰ ਲੱਗਦਾ ਕਿ ਸਾਰਾ ਕੁਛ ਉਧਰੋਂ ਹੀ ਹੋ ਰਿਹਾ? ਬਸ ਜੀ ਐਵੇਂ ਹੀ, ਹੁਣ ਸਾਰਾ ਜਿਹੜਾ ਮੀਡੀਆ ਦੇ ਬਿਆਨਾਂ ਮੁਤਾਬਕ ਤਾਂ ਹੀ ਲੱਗ ਰਿਹਾ ਵੀ ਸਾਰਾ ਕੁਛ ਉਧਰੋਂ ਹੀ ਹੋ ਰਿਹਾ। ਹਾਂਜੀ, ਅਤੇ ਤੁਹਾਡੇ 'ਤੇ ਜੋ ਤਸ਼ੱਦਦ ਕੀਤਾ ਜਾਂਦਾ ਸੀ, ਤੁਸੀਂ ਦੱਸਿਆ ਕਿ ਤੁਹਾਡੀ ਘਰ ਵਾਲੀ ਬੱਚੇ ਪਰਿਵਾਰ 'ਚ ਹੋਰ ਕੌਣ? ਸਾਡੇ ਆ ਮੇਰਾ ਲੜਕਾ ਜੀ, ਛੋਟਾ, ਇੱਕ ਵੱਡਾ ਲੜਕਾ ਜੀ। ਵੱਡਾ ਕਿੰਨੇ ਚਿਰ ਦਾ ਬੇਟਾ? ਉਹ 10ਵੀਂ 'ਚ ਪੜ੍ਹਦਾ, ਇਹ 9ਵੀਂ 'ਚ ਹੋਇਆ ਜੀ। ਅਗਤੀ ਇਹਨਾਂ ਨੂੰ ਵੀ ਪੁੱਛ ਗਿੱਛ ਕੋਈ ਕੀਤੀ? ਇਹਨਾਂ ਨੂੰ CBI ਪੁੱਛਦੀ ਆ, ਪਰ ਇਹਨਾਂ ਨੂੰ ਨਹੀਂ ਟੌਰਚ ਨਹੀਂ ਕੀਤਾ ਗਾ। ਊਂ ਇਹਨਾਂ ਨੂੰ ਪ੍ਰੈਸ਼ਰ ਬਹੁਤ ਸੀ ਬੱਚਿਆਂ ਦੇ ਵੀ ਤੁਸੀਂ ਦੱਸੋ ਤੁਹਾਨੂੰ ਪਤਾ, ਤੁਸੀਂ ਵੇਖਿਆ। ਕੀ ਨਾਮ? ਲਵਪ੍ਰੀਤ ਸਿੰਘ ਜੀ। ਲਵਪ੍ਰੀਤ, ਕਿਹੜੀ ਕਲਾਸ ਪੜ੍ਹਦੇ ਆ? 9th ਜੀ। ਤੁਹਾਨੂੰ ਕੀ ਪੁੱਛ ਗਿੱਛ ਹੁੰਦੀ ਫਿਰ? ਸਾਥੋਂ ਪੁੱਛਦੇ ਸੀ ਵੀ ਤੁਸੀਂ ਕਿਸੇ ਬੰਦੇ ਦਾ ਨਾਂ ਲਓ ਜੀ, ਅਤੇ ਪ੍ਰੈਸ਼ਰ ਪਾਉਂਦੇ ਸੀਗੇ ਜੀ। ਤੁਸੀਂ ਕਿਹਦਾ ਨਾਮ? ਹਾਂਜੀ, ਵੀ ਕੀ ਤੁਹਾਡੇ ਮਾਂ ਬਾਪ ਨੂੰ ਪਤਾ ਹੈ, ਅਤੇ ਪ੍ਰੈਸ਼ਰ ਪਾਉਂਦੇ ਸੀਗੇ ਜੀ। ਤੁਸੀਂ ਫਿਰ ਕੀ ਦੱਸਿਆ ਉਹਨਾਂ ਨੂੰ? ਤੁਹਾਨੂੰ ਕੁੱਟਿਆ ਮਾਰਿਆ ਜਾਂ ਤਾਂ ਕੋਈ ਗੱਲ? ਅੱਛਾ, ਤਾਂ ਪੁੱਛਦੇ ਸੀ ਬਸ। ਹਾਂਜੀ, ਪੁੱਛਦੇ ਸੀ ਗੱਲਾਂ। ਪੁੱਛ ਕੇ ਦੇ ਵਿੱਚ ਕੀ ਆ ਜਾਂਦਾ ਸੀ, ਕੋਈ ਦੁਬਾਰਾ ਦੱਸੋ ਕਿ ਸਾਨੂੰ? ਨਹੀਂ, ਉਹ ਕਹਿੰਦੇ ਸੀ ਵੀ ਤੁਸੀਂ ਵੀ ਸੀਗੇ। ਹਾਂਜੀ ਮੈਂ ਸੀਗਾ, ਉਹ ਮੈਂ ਉਹ ਵੇਖੇ ਸੀ ਜੀ, ਵਾਲ ਪਿਆ ਵਾ ਸੀਗਾ। ਅਤੇ ਤੁਸੀਂ ਉਸ ਟਾਈਮ 'ਤੇ ਸੀ, ਲਗਭਗ 4 ਵਜੇ ਦਾ ਟਾਈਮ ਜਦੋਂ ਬੱਚੇ ਆਏ ਸੀ ਉਸ ਟਾਈਮ 'ਤੇ? ਹਾਂਜੀ, ਉਹ ਰੁਮਾਲਾ, ਉਹ ਗੁਰਪ੍ਰੀਤ ਸਿੰਘ ਜੀ, ਮੇਰਾ ਇਸ਼ਨਾਨ ਨਹੀਂ ਸੀਗਾ ਜੀ, ਅਤੇ ਉਹਨੇ ਸਹੀ ਕਰਕੇ ਵੇਖਿਆ ਥੱਲੇ ਸਰੂ ਪੈਣੀ ਸੀ ਜੀ। ਹਾਂਜੀ, ਤੁਸੀਂ ਫਿਰ ਕੀ ਕਿਹਾ? ਅਸੀਂ ਉਹ ਅਸੀਂ ਘਰੇ ਆ ਕੇ ਦੱਸਿਆ ਜੀ ਮੰਮੀ ਜੀ ਨੂੰ। ਆਪਣੀ ਮੰਮੀ? ਹਾਂਜੀ। ਕਿਹੜੇ ਬੱਚੇ ਦੀ ਗੱਲ ਕਰਦੇ, ਕਿਹੜਾ ਸੀ ਉਸ ਟਾਈਮ 'ਤੇ ਹੋਰ ਨਾਲ? ਕੀ ਸ਼ੁਭ ਨਾਮ ਬੇਟਾ ਤੁਹਾਡਾ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ, ਤੁਸੀਂ ਉਸ ਟਾਈਮ 'ਤੇ ਉੱਥੇ ਸੀ? ਹਾਂਜੀ। ਅਤੇ ਕਿਸ ਤਰ੍ਹਾਂ ਦੇ ਹਾਲਾਤ ਸੀ, ਕੀ ਵੇਖਿਆ ਤੁਸੀਂ ਉਸ ਟਾਈਮ? ਮੰਜੀ ਸਾਹਿਬ 'ਤੇ ਟੋਏ ਜੇ ਪਏ ਹੋਏ ਸੀਗੇ ਜੀ, ਅਸੀਂ ਹੱਥ ਧੋ ਕੇ, ਅਤੇ ਜਦੋਂ ਅਸੀਂ ਵੇਖਿਆ ਜੀ ਉਦੋਂ ਗੁਰੂ ਸਰੂਪ ਹੈ ਨਹੀਂ ਸੀ ਜੀ ਗੁਰੂ ਸਾਹਿਬ। ਅਤੇ ਤੁਹਾਡੇ ਕੋਲ ਬਾਅਦ ਪ੍ਰਸ਼ਾਸਨ ਵੱਲੋਂ ਪੁੱਛਗਿੱਛ ਕੀਤੀ ਗਈ ਕੋਈ? ਨਹੀਂ ਜੀ, ਸਾਡੇ ਤੋਂ CBI ਵਾਲਿਆਂ ਨੇ ਪੁੱਛਗਿੱਛ ਕੀਤੀ ਸੀਗੀ। CBI ਵਾਲੇ ਤੁਹਾਨੂੰ ਪੁੱਛਿਆ ਕੀ ਪੁੱਛਿਆ ਗਿਆ CBI? ਉਹਨਾਂ ਨੇ ਜੀ ਸਾਨੂੰ ਐਂ ਹੀ ਪੁੱਛਿਆ ਸੀਗਾ ਵੀ ਉੱਥੇ ਤੁਸੀਂ ਕੀ ਵੇਖਿਆ, ਕੀ ਹੈ ਵੀ ਐਂ ਜੀ, ਕਿਵੇਂ ਕੀ ਨਹੀਂ ਵੇਖਿਆ ਜੀ। ਵੀ ਆਹੀ ਦੱਸਿਆ ਸੀਗਾ ਵੀ ਉੱਥੇ ਜੀ ਵੀ ਮੰਜੀ ਸਾਹਿਬ ਦੇ ਸਰੂਪ ਹੈ ਨਹੀਂ ਸੀਗੇ। ਕਿੰਨੇ ਕੁ ਵਜੇ ਦਾ ਟਾਈਮ ਸੀ ਜਦੋਂ ਤੁਸੀਂ ਉੱਥੇ ਪਹੁੰਚੇ ਸੀ? ਤੁਸੀਂ ਕਲਾਸ ਲਾਉਣ ਗਏ ਸੀ ਉੱਥੇ? ਹਾਂਜੀ, ਉੱਥੇ ਜੀ 1 ਜੂਨ 'ਤੇ ਕਲਾਸ ਲੱਗਦੀ ਹੁੰਦੀ ਆ ਜੀ ਗੌਰਮਤ ਜੀ। ਕਿੰਨੇ ਕੁ ਵਜੇ ਦਾ ਟਾਈਮ ਸੀ? ਉਦੋਂ ਜੀ 3 ਵਜੇ ਦਾ ਟਾਈਮ ਸੀਗਾ ਜੀ। ਅੱਛਾ, ਜਦੋਂ ਕਲਾਸ ਦਾ ਟਾਈਮ ਸੀ। ਹਾਂਜੀ, ਤੁਸੀਂ ਉਸ ਟਾਈਮ ਉੱਥੇ ਗਏ ਸੀ। ਆਪਾਂ ਫਿਰ ਸਿੰਘ ਗ੍ਰੰਥੀ ਸਾਹਿਬਾਨ ਵੱਲ ਆਉਂਦੇ ਹਾਂ ਵੀਰ ਜੀ, ਥੋੜ੍ਹਾ ਅੱਗੇ ਆ ਜਾਓ। 3 ਤੋਂ 4 ਵਜੇ ਦਾ ਟਾਈਮ ਆ ਵੀਰ ਜੀ ਦੱਸ ਚੁੱਕੇ ਆ, ਅਤੇ ਤੁਸੀਂ ਇਹ ਘਟਨਾ ਦਾ ਲਗਭਗ ਟਾਈਮ ਕੀ ਹੋ ਸਕਦਾ, ਕਿੰਨੇ ਕੁ ਵਜੇ ਦੀ ਘਟਨਾ ਵਾਪਰੀ? ਘਟਨਾ ਦੱਸਣ ਮੁਤਾਬਕ ਤੁਹਾਨੂੰ ਦੱਸਿਆ ਵੀ 1 ਦਾ ਜਿਹੜਾ ਦੱਸਿਆ ਜਾਂਦਾ ਜੀ, ਜਦੋਂ ਨਰੇਗਾ ਵਾਲੇ ਦੰਗੇ ਆ, ਉਹਨਾਂ ਨੇ ਦੱਸਣ ਮੁਤਾਬਕ ਕੀ ਆ ਵੀ ਉੱਥੇ 2 ਮੁੰਡੇ ਅਸੀਂ ਵੇਖੇ ਸੀਗੇ ਜਿਨ੍ਹਾਂ ਦੇ ਕਿੱਟਾਂ ਮਗਰ ਪਾਈਆਂ ਹੋਈਆਂ ਸੀਗੀਆਂ, ਵੀ ਉਹਨਾਂ ਨੇ ਕਿਹਾ ਵੀ ਕੋਈ ਆਵਾਜ਼ ਦੇਣ ਵਾਲਾ, ਕੋਈ ਚੀਜ਼ ਵਾਲਾ ਹੋਊਗਾ ਵੇਚਣ ਵਾਲਾ। ਇੱਥੋਂ ਸਾਡਾ ਗੈਸ ਆ ਵੀ 1 ਦਾ ਟਾਈਮ ਹੋਊਗਾ ਦਿਨ ਦਾ, ਕਿਉਂਕਿ ਉਸ ਮੌਕੇ ਸਾਰੇ ਘਰਾਂ ਨੂੰ ਜਾ ਵੜਦੇ ਆ ਜੀ, ਕੋਈ ਵੀ ਨਹੀਂ ਬਾਹਰ ਹੁੰਦਾ ਗਾ, ਦੁਪਹਿਰ ਦਾ ਟਾਈਮ ਸੀਗਾ।
ਜਿਵੇਂ ਭਾਈ ਸਾਹਿਬ ਦੀ ਗੱਲ ਕਰਦਾ ਮੈਂ ਸੰਗਤ ਨੂੰ ਦੁਬਾਰਾ ਜਾਣਕਾਰੀ ਦੇ ਦਿੱਤਾ ਕਿ ਇਹ ਉਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਸਨ। ਇਸ ਟਾਈਮ 'ਤੇ ਵੀ ਉੱਥੇ ਸੇਵਾਵਾਂ ਨਿਭਾ ਰਿਹਾ ਹੈਗਾ ਬੁਰਜ ਜਵਾਹਰ ਸਿੰਘ ਵਾਲਾ। ਜੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜਾ ਮਹਾਰਾਜ ਸਰੂਪ ਚੋਰੀ ਹੋਇਆ ਸੀ ਅਤੇ ਇਸ ਧਰਤੀ ਦੀ ਬਰਗਾੜੀ ਦੀ ਧਰਤੀ ਉੱਤੇ ਅੰਗ ਪਾੜ ਕੇ ਖਿਲਾਰ ਦਿੱਤੇ ਜਾਂਦੇ ਆ ਅਤੇ ਤਸ਼ੱਦਦ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਹੀ ਚਲਾਉਣਾ ਪਿਆ ਕਿਉਂਕਿ ਉਹ ਦੱਸ ਚੁੱਕਿਆ ਕਿ ਟੈਸਟ ਵੀ ਹੋਏ, CBL ਇਨਕੁਆਇਰੀਆਂ ਕੀਤੀਆਂ ਗਈਆਂ, ਪ੍ਰਸ਼ਾਸਨ ਨੇ ਪੁੱਛਗਿੱਛ ਕੀਤੀ ਅਤੇ ਕਿਤੇ ਨਾ ਕਿਤੇ ਟੋਰਚਰ ਵੀ ਕੀਤਾ ਗਿਆ ਜਾਂ ਤਾਂ ਕਿਸੇ ਦਾ ਨਾਂ ਲੈ ਦਿਉ ਜਾਂ ਤੁਸੀਂ ਦੋਸ਼ੀ ਦੱਸੋ ਕੌਣ ਹੈਗਾ। ਅਤੇ ਜਦੋਂ ਤੁਹਾਨੂੰ ਦੋਸ਼ੀਆਂ ਬਾਰੇ ਪੁੱਛਿਆ ਜਾਂਦਾ ਸੀ ਅਤੇ ਫਿਰ ਤੁਸੀਂ ਕੀ ਉਹਨਾਂ ਨਾਲ ਗੱਲਬਾਤ ਕਰਦੇ, ਕੀ ਦੱਸਦੇ ਸੀ? ਸਾਡੇ ਕੋਲ ਜੀ ਸਾਨੂੰ ਪਤਾ ਹੀ ਨਹੀਂ ਸੀ, ਅਸੀਂ ਕਹਿੰਦੇ ਨਹੀਂ ਸਾਨੂੰ ਪਤਾ ਸੀ ਕਿ ਇਹਨੂੰ ਕੀ ਜੇ ਐਵੇਂ ਨੱਕਾ ਵੀ ਕਿਸੇ ਨੂੰ ਕਹਿ ਨਹੀਂ ਸਕਦੇ ਜੀ। ਅਸੀਂ ਕਿਹਾ ਵੀ ਸਾਨੂੰ ਪਤਾ ਹੀ ਨਹੀਂ, ਜੋ ਸਾ ਦੇਣਾ ਫਿਰ ਜਿਹੜਾ ਕੋਈ ਤੁਸੀਂ ਕਰਨਾ ਕਰ ਲਓ, ਜੋ ਸਾਨੂੰ ਪਤਾ ਹੀ ਨਹੀਂ ਅਸੀਂ ਦੱਸ ਗਏ ਕਿ ਇਹਨੂੰ ਨਾਂ ਕਿਹਦਾ ਲਿਜੇ ਐਵੇਂ ਜਦੋਂ ਕਿਸੇ ਗੱਲ ਦਾ ਨਹੀਂ ਪਤਾ। ਕੁੱਟਮਾਰ ਕੀਤੀ ਜਾਂਦੀ ਸੀ ਤੁਹਾਡੇ ਨਾਲ ਵੀ? ਹਾਂਜੀ, ਮੇਰੀ ਸਿੰਘਣੀ ਨਾਲ ਜ਼ਿਆਦਾ ਹੋਈ ਹੈ ਜੀ, ਉਹਨਾਂ ਨੂੰ ਕਰੰਟ ਵਗੈਰਾ ਲਾਇਆ ਗਿਆ। ਹਾਂਜੀ, ਬਹੁਤ ਜਾਣੀ ਦਾ ਉਹਨਾਂ 'ਤੇ ਦਵਾਈ ਵੀ ਹੁਣ ਤੀਕ ਚੱਲਦੀ ਆ, ਹੁਣ ਆਪਰੇਸ਼ਨ ਕਰਾਇਆ ਸੀਗਾ ਉਹਨਾਂ ਦਾ। ਪ੍ਰੋਬਲਮ ਆਈ ਉਹਨਾਂ ਨੂੰ? ਜਿੱਦਾਂ ਪੇਟ ਦੀ ਪ੍ਰੋਬਲਮ ਆ ਗਈ ਸੀਗੀ ਉਹਦੇ ਵਿੱਚ ਜੀ। ਹਾਂਜੀ, ਕਰੰਟ ਲਾਉਣ ਨਾਲ ਰਸੌਲੀ ਸੀਗੀ ਛੋਟੀ ਜੀ, ਉਹਦੇ 'ਚ ਗੜਬੜੀ ਹੋ ਗਈ ਸੀਗੀ ਜ਼ਿਆਦਾ। ਵੇਖ ਸਕਦੇ ਹੈਗੇ ਹਾਂ, ਸੁਣ ਵੀ ਸਕਦੇ ਹਾਂ ਆਪਾਂ ਕਿ ਉਸ ਟਾਈਮ ਦੇ ਵਿੱਚ ਸੰਬੰਧਿਤ ਗਵਾਹ ਜਿਹੜੇ ਕਹਿ ਸਕਦੇ ਹਾਂ ਕਿਉਂਕਿ ਪਿੰਡ ਦੇ ਵਿੱਚ ਸੇਵਾਵਾਂ ਨਿਭਾਉਣ ਵਾਸਤੇ ਕਿਤੇ ਗਏ ਸੀ ਅਤੇ 3 ਤੋਂ 4 ਵਜੇ ਦਾ 4 ਕੁ ਵਜੇ ਦਾ ਟਾਈਮ ਸੀ ਜਦੋਂ ਇਹ ਬੱਚੇ ਉੱਥੇ ਪਹੁੰਚਦੇ ਆ ਅਤੇ ਜਦੋਂ ਬੱਚੇ ਵੇਖਦੇ ਆ ਕਿ ਉਸ ਜਗ੍ਹਾ 'ਤੇ ਗੁਰੂ ਮਾਤਾ ਸਰੂਪ ਨਹੀਂ ਹੈਗਾ ਅਤੇ ਉਹ ਬੱਚੇ ਭਾਈ ਸਾਹਿਬ ਦੀ ਸਿੰਘਣੀ ਨੂੰ ਦੱਸਦੇ ਆ ਅਤੇ ਕਿਤੇ ਨਾ ਕਿਤੇ ਜੇ ਉਹ ਪਿੰਡ ਦੀ ਪੰਚਾਇਤ ਜਾਂ ਸਾਰੇ ਸਿੰਘ ਉੱਥੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਦੱਸਦੇ ਆ, ਬਾਅਦ 'ਚ ਕਾਰਵਾਈ ਹੁੰਦੀ ਆ ਅਤੇ ਕਾਰਵਾਈ ਵੀ ਕਿਤੇ ਨਾ ਕਿਤੇ ਇਹਨਾਂ ਸਿੰਘਾਂ 'ਤੇ ਹੋਈ ਆ। ਪਰ ਅਜੇ ਉਹ ਮਹਾਰਾਜ ਦਾ ਸਰੂਪ ਵੀ ਨਹੀਂ ਲੱਭਾ ਅਤੇ ਉਹਦੇ ਅਜੇ ਦੋਸ਼ੀ ਵੀ ਨਹੀਂ ਫੜੇ ਗਏ। ਵੇਖਦੇ ਹਾਂ ਔਲੇ ਸਮੇਂ ਦੇ ਵਿੱਚ ਜਿਹੜਾ ਬਰਗਾੜੀ ਦੇ ਵਿੱਚ ਭਾਈ ਧਿਆਨ ਸਿੰਘ ਜੀ ਮੰਡ ਵੱਲੋਂ ਅਤੇ ਪੂਰੀ ਟੀਮ ਵੱਲੋਂ ਉਹਨਾਂ ਦਾ ਜਿਹੜਾ ਕਿ ਮੋਰਚਾ ਲੱਗਾ ਹੈਗਾ ਵਾ, ਇਹ ਮੋਰਚਾ ਕਿਸ ਪਾਸੇ ਲੈ ਕੇ ਜਾਊਗਾ। ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜੇ ਸਰੂਪ ਹੋਏ ਚੋਰੀ ਹੋਏ ਸੀ ਅਤੇ ਬਰਗਾੜੀ ਦੇ ਵਿੱਚ ਖਿਲਾਰ ਦਿੱਤੇ ਗਏ ਸੀ, ਉਹਦੇ ਇਨਸਾਫ ਵਾਸਤੇ ਬਹਿਬਲ ਕਾਂਡ ਗੋਲੀਕਾਂਡ ਹੋਇਆ, ਉੱਥੇ ਸ਼ਹੀਦ ਹੋਏ ਸਿੰਘ ਜਿਹੜੇ ਕਿ ਅਣਪਛਾਤੀ ਪੁਲਿਸ ਵੱਲੋਂ ਕੀਤੇ ਗਏ, ਸ਼ਾਇਦ ਉਹ ਅਣਪਛਾਤੀ ਪੁਲਿਸ ਵੀ ਸਾਹਮਣੇ ਆਵੇ। ਅਤੇ ਤੀਜਾ ਜਿਹੜੇ ਕਿ ਇਸ ਟਾਈਮ ਦੇ ਉੱਤੇ ਜੇਲ੍ਹਾਂ ਦੇ ਵਿੱਚ ਬੰਦ ਸਾਡੇ ਨੌਜਵਾਨ, ਉਹਨਾਂ ਨੂੰ ਰਿਹਾਈ ਵਾਸਤੇ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਕਿ ਮੋਰਚਾ ਆਰੰਭ ਕੀਤਾ ਵਾ। ਵੇਖਦੇ ਹਾਂ ਇਹ ਮੋਰਚਾ ਕਿਹੜੇ ਪਾਸੇ ਨੂੰ ਜਾਂਦਾ। ਅੱਜ 15ਵਾਂ ਦਿਨ ਆ ਅਤੇ ਥੋੜ੍ਹੀ ਦੇਰ ਤੱਕ 16ਵੇਂ ਦਿਨ 'ਚ ਦਾਖਲ ਹੋ ਜੂਗਾ ਕਿਉਂਕਿ ਲਗਭਗ ਅੱਧੇ ਦਿਨ ਤੋਂ ਸਮਾਂ ਵੱਧ ਚੁੱਕਾ ਹੈਗਾ ਵਾ ਅਤੇ ਕੱਲ੍ਹ ਨੂੰ 16ਵਾਂ ਦਿਨ ਦਾ ਮੋਰਚੇ ਦਾ ਹੋਣਾ ਵਾ। ਵੇਖਦੇ ਹਾਂ ਸਰਕਾਰਾਂ ਕੀ ਫੈਸਲਾ ਇੱਥੇ ਕਰਦੀਆਂ।